सर्च करके गए। कुछ अच्छा बंदे कहते नहीं यार कोई प्रॉब्लम नहीं है, बड़ा बस सोना सारे काम यही कर करते, रहे सब अपने अपने हैं। लाइफ बिजी है। मैं हाँ नहीं यार भी है भी चलो पता अपन नहीं कर कैसे लेने लाइव मैंने कैसे माने फिर दस्यो तो सारी गल मैं देखो। आना होगी शुरू लाइव। वाहेगुरु जी का खालसा वाहेगुरु जी की फतेह जी। असि दोबारा लाइव हुए हैं, प्लीज सारे शेयर करियो इस वीडियो नू। असि अज खड़े हैं जी भाखड़ा ब्यास मैनेजमेंट बोर्ड जिदा पिछे बड़ी चर्चे हुए हैं। नंगल डैम भाखड़ा डैम नू सेंटर सरकार ने इत्थे आ लिया जी, वो बड़ी गल्ला हुई है ना। अज तुहानू असि इत्थों दा एक होर नवा पहलू दिखाने हैं। ये हैगा जी कोठी है सरकारी, क्लास वन डॉक्टर आ क्लास वन ऑफिसर नू मिलती है कोठियां, जिन्ने भी इत्थे बड़े बड़े ऑफिसर आ उन्हां दीआं कोठियां, डॉक्टरां दीआं कोठियां आ सामने भी जिहड़े कोठी आ, कोई ये भी ऑफिसर ने है ना, कोई शायद ईए कुछ ईएफ कुछ या कोई इदां दा ऑफिसर आ, सॉरी ज्यादा इन्ने सियाने असीं भी है नहीं। ये कोठी है जिहड़ी जिहदे बाहर खड़े असीं, ये हैगे डॉक्टर दिनेश तलवार एमबीबीएस डीएमसीएच है ना, नंबर 18 ईए नंगल टाउनशिप। ये कोठी दे विच तुसीं देख सकते हो, पहले तो कोठी दे बाहर दे हालात देखो जंगल, फिर अंदर तुसीं आके देखो संघना जंगल। सानू अज इत्थे डेनियल मांगट जी ने, इस शहर दे वसनीक ने, इसे बीबीएमबी बोर्ड दे विच ही जॉब करते ने, वो भी कोलीग रहे किसी टाइम डॉक्टर साहब दे। उन्होंने सानू कॉल करके दस्या, वीडियो बना के भेजी भी इत्थे एक डॉक्टर ने एमबीबीएस, बहुत माड़ी हालत च रहिंदे ने, फैमिली च भी कोई नहीं, कल्ले ने, मंग के रोटी खांदे ने, एक रुपये तो मोहताज ने, अज नहाउण धोण दी कोई सुध बुध नहीं। घर दे विच हालात तुहानू दिखाउने आ किद्दां दे आ, जिंदगी नरक वर्गी कट रहे ने, अपना उहदे हथ मोढे ते रखण वाला कोई भी है नहीं, पर इत्थों दे लोक आ जिहड़े ਉਹ ਜ਼ਰੂਰ ਹੈਲਪ ਕਰਦੇ ਨੇ, ਕਿਸੇ ਵਿਆਹ ਤੇ ਚਲੇ ਜਾਂਦੇ ਨੇ ਰੋਟੀ ਖਾ ਲੈਂਦੇ ਨੇ, ਸੜਕ ਤੇ ਕਿਤਾਬਾਂ ਰੱਖ ਕੇ ਬੈਠ ਜਾਂਦੇ ਨੇ ਕਿਉਂਕਿ ਮੈਂਟਲੀ ਨਹੀਂ ਠੀਕ, ਉਹ ਆਪਦੀ ਹੀ ਜ਼ਿੰਦਗੀ ਦੇ ਵਿੱਚ ਕਿਤੇ ਆਪਦੀ ਹੀ ਇੱਕ ਵਾਰ ਰੂਮ ਬਣਾਇਆ ਹੋਇਆ ਉਹਨਾਂ ਨੇ, ਉਹਦੇ ਵਿੱਚ ਰਹਿੰਦੇ ਨੇ, ਉਹ ਆਪਣੀ ਇੱਕ ਦੁਨੀਆ ਉਹਨਾਂ ਦੀ। ਉਹ ਕਹਿੰਦੇ ਮੈਂ ਇਨਕਮ ਟੈਕਸ ਕਮਿਸ਼ਨਰ ਆ ਦਿੱਲੀ ਦੇ ਵਿੱਚ, ਸਰਫਤਗੰਜ ਏਰੀਆ ਦੇ ਵਿੱਚ ਮੇਰਾ ਆਫੀਸਰ ਆ, ਮੇਰੀ ਵਾਈਫ ਵੀ ਕਮਿਸ਼ਨਰ ਆ, ਜਾਨੀ ਕਿ ਉਹ ਇੱਕ ਉਹਨਾਂ ਨੇ ਆਪਣਾ ਹੀ ਇੱਕ ਦੁਨੀਆ ਵਸਾਈ ਹੋਈ ਆ, ਤੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇੱਥੇ ਰਹਿੰਦੇ ਨੇ। ਅੱਜ ਇਹ ਸ਼ਹਿਰ ਦੇ ਕੁਝ ਮਹਿਨਾਜ ਹਸਤੀਆਂ ਵੀ ਇੱਥੇ ਸਾਡੇ ਕੋਲੇ ਪਹੁੰਚੀਆਂ ਵਾ, ਨੰਗਲ ਤੋਂ ਸਾਰੇ ਵੀਰ ਆਏ ਹੋਏ ਨੇ, ਸਰਪੰਚ ਸਾਹਿਬ ਨੇ ਹਨਾ, ਵੀਰ ਜੀ ਹੁਣੀ ਜੁਗੇਸ਼ ਜੀ ਨੇ, ਇਹ ਮਾਂਗਟ ਹੈਗੇ ਨੇ ਜੀ ਡੈਨੀਅਲ ਮਾਂਗਟ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਹਨਾ, ਇਹ ਪਿੱਛੇ ਵੀਰ ਜੀ ਖੜੇ ਨੇ, ਜਾਨੀ ਕਿ ਸਾਰਿਆਂ ਦਾ ਅਸੀਂ ਧੰਨਵਾਦ ਆ। ਹਾਂਜੀ ਜਿਹੜੇ ਸੈਣੀ ਸਾਹਿਬ ਜਿਹੜੇ ਸਾਡੇ ਕੋਲ ਇੱਥੇ ਪਹੁੰਚੇ, ਸਾਡੇ ਨਾਲ ਸਪੋਰਟ ਕਰ ਰਹੇ ਨੇ, ਸਾਡੇ ਟੀਮ ਦੇ ਮੈਂਬਰ ਨੇ, ਬਲ ਸਾਊਪੁਰੀ ਆ ਵੀਰ, ਸਿੰਗਰ ਵੀ ਆ ਵੀਰ, ਸਾਡਾ ਟੀਮ ਦਾ ਮੈਂਬਰ ਵੀ ਆ। ਕੱਲ੍ਹ ਅਸੀਂ ਇਹਨੂੰ ਇੱਥੇ ਸਰਚ ਕਰਨ ਭੇਜਿਆ ਸੀ ਵੀ ਤੁਸੀਂ ਪਤਾ ਕਰਕੇ ਆਓ ਕੀ ਗੱਲ ਆ ਡਾਕਟਰ ਸਾਹਿਬ ਕਿਉਂ ਇਦਾਂ ਦੇ ਹਾਲਾਤ ਚ ਆ, ਤਾਂ ਇਹਨਾਂ ਨੇ ਪੁੱਛਿਆ ਕੀ ਕਿਹਾ ਲੋਕਾਂ ਨੇ। ਜੀ ਕੱਲ ਮੈਂ ਜਦੋਂ ਆਇਆ ਸੀਗਾ ਪਤਾ ਕੀਤਾ ਡਾਕਟਰ ਸਾਹਿਬ ਵਰ ਵੀ ਇਸ ਤਰ੍ਹਾਂ ਦੀ ਹਾਲਤ ਵਿੱਚ ਨੇ, ਤੇ ਵੀ ਨੰਗਲ ਸ਼ਹਿਰ 'ਚ ਕੋਈ ਵਿਅਕਤੀ ਵੀ ਡਾਕਟਰ ਨਾਮ ਤੇ ਵਹਿ ਜਾਣੇ ਜਾਂਦੇ ਨੇ। ਕੁਛ ਲੋਕ ਕਹਿੰਦੇ ਨੇ ਵੀ ਉਹ ਅਪਸੈਟ ਹੋ ਗਏ ਜੀ, ਨੌਕਰੀ ਛੁੱਟੀ ਹੁੰਦੀ, ਤੇ ਕੁਛ ਕਹਿੰਦੇ ਨਹੀਂ ਯਾਰ ਠੀਕ ਹੈ ਜਾਣਬੁੱਝ ਕੇ ਕਰ ਰਿਹਾ, ਤੇ ਆਪਾਂ ਕਾਫੀ ਸਰਚ ਕੀਤਾ। ਅਗਰ ਆਪਾਂ ਗੱਲ ਕਰਦੇ ਜਦੋਂ ਕਿੰਨੇ ਵੀ ਪੁੱਛ ਰਿਹਾ ਉਹਨਾਂ ਨੂੰ ਕਿ ਹਾਂਜੀ ਤੁਹਾਨੂੰ ਕੀ ਗੱਲ ਰਹੇ, ਪੱਥਰ ਮਾਰਦੇ ਇੱਟਾਂ ਮਾਰਦੇ ਆ, ਤੇ ਇਸ ਤਰ੍ਹਾਂ ਉਹਨਾਂ ਦੇ ਬਾਰੇ ਕਾਫੀ ਉਹ ਕੀਤਾ ਹੈ। ਕੁਛ ਸੱਜਣਾਂ ਨੇ ਕਿਹਾ ਯਾਰ ਵੀ ਤੁਸੀਂ ਮੈਨੂੰ ਦੱਸਿਆ ਵੀ ਵੀ ਭਾਜੀ ਹੋਣਾ ਬਾਰੇ ਤੁਹਾਨੂੰ ਨੁਕਤਾ ਦੀ ਸੇਵਾ ਮਿੰਟੂ ਬਾਈ ਹੋਣੀ ਵੀ ਡਿਊਟੀ ਲਾਈ ਹੈ ਕਿ ਤੁਸੀਂ ਸਾਡੀ ਹੈਲਪ ਕਰੋ, ਉਹ ਸਾਡੀ ਪਕੜ ਵਿੱਚ ਆ ਜਾਣ ਵੀ ਆਪਾਂ ਮਿਲਣਾ ਚਾਹੁੰਦੇ ਉਹਨਾਂ ਨੂੰ। ਤੇ ਚੌਧਰੀ ਸਵੀਟ ਸ਼ਾਪ ਨੇ ਇਤੋਂ ਉਹਨੀ ਵੀ ਸੱਚ ਕੀਤਾ, ਉਹ ਕਹਿੰਦੇ ਸਾਡੀ ਜ਼ਰੂਰ ਸਪੋਰਟ ਕਰਾਂਗੇ, ਜਾਂ ਚਲੋ ਕੋਈ ਹੋਰ ਨਹੀਂ ਤੁਹਾਡੇ ਵੱਲੋਂ। ਇੱਕ ਡੈਨਿਲ ਵੀਰ ਜੀ, ਮਾਰਦੇ ਵੀ ਲੋਕਾਂ ਨੂੰ ਕੋਈ, ਨਹੀਂ ਇਹ ਇਦਾਂ ਕਦੇ ਜਵਾਨ ਮਾਰਦੇ ਨਹੀਂ, ਕਦੇ ਉਹ ਰੈਸ਼ ਹੋ ਜਾਂਦੇ, ਗਾਲਾਂ ਗੁਲਾਂ ਕਿਵੇਂ ਕੱਢਣ ਲੱਗ ਪੈਂਦੇ ਸੀ, ਕੱਢਣ ਅਸੀਂ ਇਸ ਲੱਗ ਪਏ, ਕਰਕੇ ਥੋੜਾ ਡਰਦੇ ਸੀ ਕੋਲ ਜਾਂਦੇ। ਜੀ ਪਰਸੋਂ ਜਿੱਦਾਂ ਮੈਂ ਥੋੜੀ ਵੀਡੀਓ ਤੁਹਾਨੂੰ ਭੇਜੀ ਸੀ ਜਿਹੜੀ ਮੈਂ ਥੋੜੀ ਹਿੰਮਤ ਤੁਸੀਂ ਆਏ ਸੀ ਹਿੰਮਤ ਕਰਕੇ ਅੰਦਰ ਵੀਡੀਓ ਬਣਾ ਕੇ ਭੇਜਾਂ, ਮਤਲਬ ਨਹੀਂ ਪੱਥਰ ਪੁੱਥਰ ਮਾਰਦਾ ਕਦੀ ਨਹੀਂ ਦੇਖਿਆ, ਲੇਕਿਨ ਇਦਾਂ ਵੀ ਰੈਸ਼ ਹੋ ਜਾਂਦਾ ਡਰ ਲੱਗਦਾ ਸੀ, ਡਰ ਲੱਗਦਾ ਇਰੀਟੇਟ ਹੋ ਜਾਂਦਾ। ਇਹ ਤਾਂ ਕੋਈ ਵੀ ਬੰਦਾ ਆ ਦੇਖੋ ਜੀ ਇੱਥੇ ਹੀ ਸੁਣਦੇ ਨੇ ਉਹ, ਆ ਉਹਨਾਂ ਦਾ ਇੱਕ ਕਹਿ ਦਈਏ ਬੈਡਰੂਮ ਕਹਿ ਦਈਏ ਜਾਂ ਆ ਉਹਨਾਂ ਦਾ ਬੈੱਡ ਕਹਿ ਦਈਏ, ਇਸੇ ਜਗ੍ਹਾ ਤੇ ਉਹ ਪੈਂਦੇ ਨੇ। ਐਮਬੀਬੀਐਸ ਡਾਕਟਰ ਜੀ ਧਿਆਨ ਚ ਰੱਖਿਓ ਇਸ ਗੱਲ ਨੂੰ, ਜਿਹੜੀ ਅਸੀਂ ਬਾਹਰ ਤੁਹਾਨੂੰ ਉਹਨਾਂ ਦੀ ਡਿਗਰੀ ਵਗੈਰਾ ਦਿਖਾਈ ਆ, ਆ ਉਹਨਾਂ ਦੇ ਬੈੱਡ ਆ ਜਿਹੜੇ ਗਲ ਚੁੱਕੇ ਨੇ ਬਿਲਕੁਲ, ਆ ਡਾਕਟਰ ਦਿਨੇਸ਼ ਤਲਵਾੜ, ਬਿਜਲੀ ਨਹੀਂ ਹੈਗੀ ਇੱਥੇ, ਡਾਕਟਰ ਦਿਨੇਸ਼ ਤਲਵਾੜ ਦੀ ਜਿਹੜੀ ਤਖਤੀ ਲੱਗੀ ਹੋਈ ਆ ਇਸ ਘਰ ਦੇ ਵਿੱਚ, 13 14 ਸਾਲ ਹੋ ਗਏ ਇਦਾਂ ਹੀ ਰਹਿੰਦੇ ਨੇ, ਕਲਾਸ 1 ਕੋਠੀ ਆ। ਨੌਕਰੀ ਤਾਂ ਉਹਨਾਂ ਦਾ ਕੰਟਰੈਕਟ ਸੀ ਜਿਵੇਂ ਇਹਨਾਂ ਨੇ ਦੱਸਿਆ ਸਾਰੇ ਕੋਲੀਗਸ ਨੇ, ਉਹ ਕੰਟਰੈਕਟ ਇਹਨਾਂ ਦਾ ਖਤਮ ਹੋ ਗਿਆ, ਮੈਂਟਲੀ ਸਿੱਕ ਹੋ ਗਏ। ਉਸ ਤੋਂ ਬਾਅਦ ਕੋਠੀ ਇਹਨਾਂ ਨੇ ਛੱਡੀ ਨਹੀਂ, ਬਸ ਇਦਾਂ ਹੀ ਅਸੀਂ ਹਾਲਾਤ ਰਹੀ ਨੇ, ਉਹਨਾਂ ਨੇ ਵੀ ਨਹੀਂ ਖਾਲੀ ਕਰਾਈ, ਜਾਂ ਮੰਨ ਲਓ ਇਹਨਾਂ ਨੇ ਕੀਤੀ ਨਹੀਂ, ਬਿਜਲੀ ਹੈ ਨਹੀਂ, ਬਿਜਲੀ ਦਾ ਕਨੈਕਸ਼ਨ ਹੈ ਨਹੀਂ। ਆ ਹੁਣ ਗਰਮੀ ਕਿੰਨੀ ਲੰਘ ਕੇ ਗਈ ਆ, ਅੱਗੋਂ ਠੰਡ ਕਿੰਨੀ ਆ ਰਹੀ ਆ, ਬਿਨਾਂ ਲਾਈਟ ਤੋਂ, ਬਿਨਾਂ ਗਰਮ ਪਾਣੀ, ਬਿਨਾਂ ਠੰਡਾ ਪਾਣੀ, ਕੋਈ ਪਾਣੀ ਦਾ ਕਨੈਕਸ਼ਨ ਨਹੀਂ, ਕੋਈ ਇੱਥੇ ਲਾਈਟ ਦਾ, ਕੋਈ ਗੈਸ ਦਾ ਪ੍ਰਬੰਧ ਨਹੀਂ, ਕੋਈ ਗੈਸ ਚੁੱਲ੍ਹਾ, ਜਾਨੀ ਕਿ ਇੱਥੇ ਰੋਟੀ ਬਣਨੀ ਤਾਂ ਕੋਈ ਉਹ ਹੈ ਹੀ ਨਹੀਂ ਨਾ। ਦੇਖੋ ਕਿੰਨੇ ਸੋਹਣੇ ਥੱਲੇ ਮੈਟ ਵਿਛੇ ਹੋਏ ਆ, ਅੱਗ ਲੀਚੇ
ਆ ਦੇਖੋ ਕਿੰਨਾ ਵਧੀਆ ਗਲੀਚਾ ਥੱਲੇ ਵਿਛਿਆ ਹੋਇਆ ਪਰ ਘਰ ਦੇ ਤੁਹਾਨੂੰ ਅਸੀਂ ਹਾਲਾਤ ਦਿਖਾਉਂਦੇ ਹਾਂ ਪਹਿਲਾਂ ਤਾਂ ਹਨਾ ਫਿਰ ਡਾਕਟਰ ਸਾਹਿਬ ਨੂੰ ਤਾਂ ਤੁਸੀਂ ਮਿਲੋਗੇ ਤੇ ਆਹ ਇਹਨਾਂ ਦੇ ਘਰ ਦੇ ਹਾਲਾਤ ਨੇ ਆਹ ਸੋਫੇ ਪਏ ਨੇ ਸ਼ਾਇਦ ਤੁਹਾਨੂੰ ਇਸ ਟਾਈਮ ਸਾਫ਼ ਸੁਥਰੇ ਦਿਖਦੇ ਹੋਣ ਪਰ ਇੱਥੇ ਉੱਪਰ ਦੇਖੋ ਆਹ ਬਿਲਡਿੰਗ ਦੀ ਆਹ ਦੇਖੋ ਇੱਥੇ ਜੜਾਂ ਕੰਧਾਂ ਦੇ ਵਿੱਚੋਂ ਆਹ ਜਿਹੜੇ ਜੜਾਂ ਨਾ ਆਹ ਦੇਖੋ ਕੰਧਾਂ ਦੇ ਵਿੱਚ ਦੀ ਜੜਾਂ ਬਾਹਰ ਆ ਰਹੀਆਂ ਦੇਖੋ ਆਹ ਬੋਰਡ ਦੀਆਂ ਪਿੱਪਲ ਦੀਆਂ ਜੜਾਂ ਵਾ ਇਹ ਤੇ ਇੱਥੇ ਆ ਇਹਨਾਂ ਦਾ ਕਿਚਨ ਆ ਕਿਸੇ ਟਾਈਮ ਦੇਖੋ ਭਾਂਡੇ ਕਿੰਨੇ ਵਧੀਆ ਪਏ ਨੇ ਸਾਰਾ ਕੁਛ ਹੈਗਾ ਆਹ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੈਂ ਇਹਨਾਂ ਦਾ ਬ੍ਰਦਰ ਗੁਰਪ੍ਰੀਤ ਹੋਰ ਸਾਹਿਬ ਤੁਸੀਂ ਡਾਕਟਰ ਦਿਨੇਸ਼ ਤਲਵਾੜ ਡਾਕਟਰ ਦਿਨੇਸ਼ ਤਲਵਾੜ ਜੀ ਆਪ ਇੱਥੇ ਦੇਖਣ ਆਏ ਤੁਸੀਂ ਬੜਾ ਤੁਹਾਡਾ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਰਹਿ ਰਹੇ ਹੋ ਲਿਵਿੰਗ ਸਟੈਂਡਰਡ ਇੰਨਾ ਵਧੀਆ ਸ਼ਾਂਤੀ ਦੇ ਨਾਲ ਸਭ ਤੋਂ ਵੱਡੀ ਗੱਲ ਤਾਂ ਇੱਕ ਜਿਹੜੀ ਹੈਗੀ ਆ ਤੁਸੀਂ ਕੁਦਰਤ ਨਾਲ ਜੁੜੇ ਹੋਏ ਹੋ ਕਿਉਂਕਿ ਇੱਥੇ ਕੁਦਰਤ ਚਾਰੇ ਪਾਸੇ ਫੈਲੀ ਹੋਈ ਆ ਪੇੜ ਹੀ ਪੇੜ ਲੱਗੇ ਹੋਏ ਆ ਹਨਾ ਤੇ ਤੁਹਾਨੂੰ ਕੋਈ ਕੁਦਰਤ ਦੇ ਨਾਲ ਐ ਨੀ ਸਫਾਈ ਨੀ ਕੁਛ ਨੀ ਵੀ ਤੁਸੀਂ ਕਹਿੰਦੇ ਬਸ ਇਹਨਾਂ ਦੇ ਨਾਲ ਰਹਿਣਾ ਮੈਂ ਇੱਦਾਂ ਹੀ ਹਾਂਜੀ ਕਿੱਦਾਂ ਰਹਿੰਦੇ ਹੋ ਸਰ ਮੈਂ ਕੋ ਜਾਏਗਾ ਪਰ ਯਹੀਂ ਪੇ ਰਹਿਣਾ ਪੜੇਗਾ ਨਾ ਜਬ ਤੱਕ ਮੇਰੇ ਰਿਲੇਟਿਵ ਨਹੀਂ ਆਤੇ ਵੋ ਕਹਾਂ ਪੇ ਹੈ ਆਪਕੇ ਰਿਲੇਟਿਵ ਸਰ ਸਭ ਦੇ ਸਰ ਕੋ ਸਾਰੀ ਬਾਤ ਅਭੀ ਬਤਾਈ ਸਭ ਤਾਂ ਅੱਛਾ ਵਹਾਂ ਪੇ ਦਿੱਲੀ ਮੇਂ ਆਪਨੇ ਬੋਲਾ ਥਾ ਜੋ ਵਹਾਂ ਪੇ ਇਨਸਪੈਕਟਰ ਉਹ ਲਗੇ ਹੋਏ ਆਪਕੇ ਡਿਪਟੀ ਕਮਿਸ਼ਨਰ ਆਪਕੇ ਭਾਈ ਵੀ ਆਪਕੀ ਵਾਈਫ ਕਿਆ ਹੈ ਮੇਰੀ ਵਾਈਫ ਕਮਿਸ਼ਨਰ ਹੈ ਜੀ ਮੈਂ ਡਿਪਟੀ ਵੀ ਮੇਰੀ ਵਾਈਫ ਕਮਿਸ਼ਨਰ ਹੈ ਆਪ ਕਿਆ ਹੈ ਡਾਕਟਰ ਸ਼ੀਤਲ ਤਲਵਾਰ ਹੈ ਜੀ ਉਨਕਾ ਨਾਮ ਨਿਊਰੋਲੋਜਿਸਟ ਹੈ ਓਕੇ ਡੀਐਮ ਨਿਊਰੋ ਐਮਬੀਬੀਐਸ ਐਮਡੀ ਪੀਡੀਆਟ੍ਰਿਕ ਡੀਐਮ ਨਿਊਰੋਲੋਜਿਸਟ ਅੱਛਾ ਆਪਕੀ ਵਾਈਫ ਵੀ ਕਮਿਸ਼ਨਰ ਹੈ ਹਾਂਜੀ ਹਾਂਜੀ ਅਰੇ ਕਿਆ ਬਾਤ ਹੈ ਸਰ ਦੇਖ ਲਈ ਮੇਰੀ ਸਰ ਹੈਲੋ ਥੈਂਕ ਯੂ ਆਪਸੇ ਆਪ ਜੈਸੇ ਇਨਸਾਨ ਸੇ ਮਿਲ ਕੇ ਮੇਰੇ ਬਹੁਤ ਅੱਛੀ ਹੋਈ ਖੁਸ਼ੀ ਹੋਈ ਥੈਂਕ ਯੂ ਔਰ ਆਪ ਜਹੀਂ ਪੇ ਖਾਣਾ ਵਾਣਾ ਬਣਾ ਲੈਤੇ ਫਿਰ ਜੇ ਆਪਕਾ ਚੁੱਲਾ ਹੈ ਹਾਂਜੀ ਸਰ ਅਬ ਪਹਿਲੇ ਹੋਟਲ ਕੇ ਖਾਣਾ ਚਲੇ ਭੁੱਖ ਲੱਗੀ ਬਹੁਤ ਬਹੁਤ ਭੁੱਖ ਲੱਗੀ ਖਾਣਾ ਖਾ ਕੇ ਪੁਲਿਸ ਜਿੰਨੀ ਮਰਜ਼ੀ ਡਿਸਕਸ ਕੀਜੀ ਮੈਂ ਅਰੇ ਕਿੰਨੀ ਡਾਕਟਰ ਸਾਹਿਬ ਆਪ ਕੀ ਬਲ ਜੇ ਡਾਕਟਰ ਸਾਹਿਬ ਯਹਾਂ ਪੇ ਨਹੀਂ ਬਣੇਗੀ ਕੋਈ ਚਾਏ ਬਾਈ ਕੁਛ ਨਹੀਂ ਬਣਨਾ ਸਰ ਪਹਿਲੇ ਮੇਰੇ ਕੋ ਨਾ ਕੁਛ ਨਹੀਂ ਬਣਨਾ ਜੀ ਆ ਦੋ ਫੋਟੋ ਇਹ ਡਾਕਟਰ ਤਲਵਾੜ ਨੇ ਜੀ ਤੁਸੀਂ ਦੇਖੋ ਇਹ ਇਹਨਾਂ ਦਾ ਮਿਸਟਰ ਹਰਪ੍ਰੀਤ ਜੀ ਅੱਜ ਜੀ ਹਰਪ੍ਰੀਤ ਜੀ ਚਲੋ ਅੱਗੇ ਚਲੋ ਹਰਪ੍ਰੀਤ ਜੀ ਹਾਂ ਹਾਂ ਨਹੀਂ ਹਰਪ੍ਰੀਤ ਜੀ ਤੁਹਾਡੇ ਦੋਸਤ ਬਣ ਗਏ ਨੇ ਬਿਲਕੁਲ ਦੇਖੋ ਇਹਨਾਂ ਦੇ ਘਰ ਚ ਨਾ ਕਿੰਨੀਆਂ ਸੋਹਣੀਆਂ ਸੋਹਣੀਆਂ ਉਸ ਟਾਈਮ ਤਸਵੀਰਾਂ ਲੱਗੀਆਂ ਸੀਨਰੀਆਂ ਲੱਗੀਆਂ ਹਨਾ ਜਦੋਂ ਇਹਨਾਂ ਦੇ ਘਰ ਦੇ ਵਿੱਚ ਇੱਥੋਂ ਦੀ ਸੁਹਾਣੀ ਡਾਕਟਰ ਸ਼ੀਤਲ ਦੱਸਦੇ ਨੇ ਸ਼ਾਇਦ ਉਹਨਾਂ ਦੀ ਵਾਈਫ ਸੀ ਜਿਹੜੇ ਵੀ ਉਹ ਲੈ ਕੇ ਆਉਂਦੇ ਹੁਣ ਇਸ ਘਰ ਦੇ ਵਿੱਚ ਸਮਾਨ ਹਨਾ ਹਰ ਚੀਜ਼ ਇੱਕ ਹਰ ਇੱਕ ਸੁਹਾਣੀ ਚਾਹੁੰਦੀ ਹੈ ਮੇਰੇ ਘਰ ਦੇ ਵਿੱਚ ਆਹ ਵੀ ਹੋਵੇ ਮੇਰੇ ਘਰ ਚ ਆਹ ਵੀ ਹੋਵੇ ਆ ਦੇਖੋ ਕਿੱਦਾਂ ਦੀਆਂ ਚੀਜ਼ਾਂ ਮੋਮੈਂਟੋ ਇਸ ਇਹ ਘਰ ਦੇ ਵਿੱਚ ਇੱਕ ਦੁਨੀਆ ਵੀ ਪਈ ਆ ਹਨਾ ਆਹ ਦੁਨੀਆ ਵੀ ਉਲਟ ਪੁਲਟ ਹੋਈ ਪਈ ਹੈ ਇੱਥੋਂ ਦੀ ਤਾਂ ਇਸ ਘਰ ਦੇ ਵਿੱਚ ਕਿਸੇ ਟਾਈਮ ਆ ਟੇਬਲ ਦੇ ਉੱਤੇ ਡਾਕਟਰ ਸਾਹਿਬ ਦੇ ਉੱਤੇ ਪੈਨਲ ਲੱਗਦੇ ਹੋਣੇ ਆ ਡਾਕਟਰ ਸਾਹਿਬ ਕਿੰਨੇ ਪੇਸ਼ੈਂਟਾਂ ਨੂੰ ਚੈੱਕ ਕਰਦੇ ਹੋਣੇ ਆ ਹਨਾ ਪਰ ਅੱਜ ਇਸ ਦੁਨੀਆ ਨੂੰ ਵੀ ਤਹਿਸ ਨਹਿਸ ਕਰਿਆ ਪਿਆ ਵਾ ਦੇਖੋ ਜਦੋਂ ਕੋਈ ਮੈਰਿਜ ਹੋਈ ਹੋਵੇ ਇਹਨਾਂ ਦੀ ਸ਼ਾਇਦ ਇਹਨਾਂ ਨੇ ਆਪਣੇ ਕਿੰਨੇ ਸੁਪਨੇ ਸਜਾਉਂਦਾ ਇਨਸਾਨ ਹਨਾ ਬੱਚਿਆਂ ਦੇ ਵਾਸਤੇ ਸੋਚਦਾ ਮੇਰੇ ਬੱਚੇ ਹੋਣਗੇ ਹਨਾ ਨਿੱਕੀ ਜਿਹੀ ਗੁੜੀਆ ਜੋ ਬੰਦੇ ਦੇ ਮਨ ਚ ਹੁੰਦਾ ਦਰਪਣ ਉਹੀ ਚੀਜ਼ਾਂ ਬੰਦੇ ਦੇ ਸਾਹਮਣੇ ਆਪਦੇ ਜ਼ਿੰਦਗੀ ਚ ਬੰਦਾ ਉਹਨਾਂ ਨੂੰ ਅਪਣਾਉਂਦਾ ਹਮੇਸ਼ਾ ਤੇ ਡਾਕਟਰ ਸਾਹਿਬ ਦੇ ਵੀ ਘਰ ਦੇ ਵਿੱਚ ਹਨਾ ਇਹ ਸਾਰੀਆਂ ਚੀਜ਼ਾਂ ਦੇਖੋ ਕਿੰਨੀ ਸੋਹਣੀ ਉਹ ਸਿਨਰੀ ਲੱਗੀ ਹੋਈ ਆ ਹਾਰਸਿਸ ਦੀ ਘੋੜਿਆਂ ਦੀ ਆਹ ਮੋਮੈਂਟੋਸ ਪਏ ਨੇ ਡਾਕਟਰ ਸਾਹਿਬ ਨੂੰ ਕਿਸੇ ਟਾਈਮ ਸਨਮਾਨਿਤ ਕਿਉਂਕਿ ਇੱਕ ਸਨਮਾਨਿਤ ਹੋਣ ਵਾਲੀ ਹਸਤੀ ਸੀ ਇਹ ਇੱਕ ਚੰਗੇ ਰੈਪੂਟੇਟਡ ਪਰਸਨ ਸੀਗੇ ਪਰ ਸਮੇਂ ਨੇ ਇਸ ਤਰ੍ਹਾਂ ਦਾ ਮੋੜ ਲਿਆ ਬੀਬੀਐਮਬੀ ਬੋਰਡ ਜਿਹੜਾ ਕਿੱਡਾ ਵੱਡਾ ਯਾਨੀ ਕਿ ਇੱਕ ਅਦਾਰਾ ਵਾ ਜਿਹਦੇ ਵਿੱਚ ਕਰੋੜਾਂ ਰੁਪਈਆਂ ਦਾ ਮੈਨੂੰ ਲੱਗਦਾ ਵੀ ਬਜਟ ਹੋਊਗਾ ਕਰੋੜਾਂ ਰੁਪਈਆਂ ਦਾ ਇਹਦੇ ਵਿੱਚ ਉਹ ਤਨਖਾਹਾਂ ਦਿੱਤੀਆਂ ਜਾਂਦੀਆਂ ਹੋਣਗੀਆਂ ਆਪਣੇ ਮੁਲਾਜ਼ਮਾਂ ਨੂੰ ਪਰ ਇੱਥੇ ਇੱਕ ਇਹ ਇਨਸਾਨ ਇੱਥੋਂ ਦਾ ਇੱਕ ਡਾਕਟਰ ਜਿਹੜਾ ਕਿਸੇ ਟਾਈਮ ਇੱਕ ਚੰਗਾ ਡਾਕਟਰ ਰਿਹਾ ਉਹ ਅੱਜ ਆਹ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਆ ਜੀ ਆਹ ਕੋਠੀ ਦੀ ਬੈਕ ਸਾਈਡ ਤੁਹਾਨੂੰ ਪਿਛਲੇ ਪਾਸੇ ਦਿਖਾਉਂਦੇ ਫਰੰਟ ਹੀ ਆ ਇੱਧਰਲੇ ਪਾਸੇ ਸਾਰਾ ਫਰੰਟ ਆ ਸਾਰਿਆਂ ਨੇ ਕੋਠੀਆਂ ਦੇਖੋ ਇੱਧਰ ਜਿਹੜੀਆਂ ਨਾਲ ਨਾਲ ਕੋਠੀਆਂ ਬਣੀਆਂ ਹੋਈਆਂ ਕਿੰਨੀਆਂ ਸਾਫ਼ ਸੁਥਰੀਆਂ ਵਾ ask me anything mere brother ka phone number hai sir mere mother ka bhi phone number hai jara ye mera mother phone number deta main bol ਇੱਕ ਹੱਥ ਨਾਲ ਪਜਾਮਾ ਫੜਿਆ ਹੋਇਆ ਉਹਨਾਂ ਨੇ ਤੇ ਇੱਕ ਹੱਥ ਨਾਲ ਹੀ ਕਾਪੀ ਖੋ ਰਹੇ ਨੇ ਇਹਦਾ ਬੀਬੀਐਮਬੀ ਦੀ ਡਾਇਰੀ ਹੈ ਸਾਨੀਆ ਮੇਰਦ ਵੀਰੋ ਇਹਨਾਂ ਨੇ ਸਰਟੀਫਿਕੇਟ ਵਗੈਰਾ ਦਿਖਾਏ ਸੀ ਸਰਟੀਫਿਕੇਟ ਲਿਆ ਤੱਕ ਕਈ ਚੀਜ਼ਾਂ ਲਿਖੀ ਹੋਈਆਂ ਜੀ ਇਹ ਡੋਨੇਸ਼ਨ ਕਾਹਾਂ ਹਾਂ ਜੀ ਇਹਨਾਂ ਨੇ ਸਾਰੇ ਨਾ ਮੇਰੇ ਮਦਰ ਐਮਬੀ ਰੋਨ ਖੋਲ ਪੁੱਤਰ ਲਾ ਖਾਲ ਕੱਢ ਇਹਨਾਂ ਨੂੰ ਪੁੱਤ ਬਾਹਰ ਇਹਨਾਂ ਨੇ ਉੱਥੇ ਦਿਖਾਏ ਸੀ ਤੂੰ ਦੇਖੇ ਸੀ ਦੇਖੋ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ ਸਰਟੀਫਿਕੇਟ ਹੈ ਇਹਨਾਂ ਦਾ ਹਨਾ ਦਿਨੇਸ਼ ਤਲਵਾੜ ਇੱਕ ਮਿੰਟ ਕਾਲ ਨਾਲ ਆਇਓ ਹਰਪ੍ਰੀਤ
ਤੇ ਆਹਾ ਸਰਟੀਫਿਕੇਟ ਨੇ ਇਹਨਾਂ ਦੇ ਸਾਰੇ ਮੈਡੀਕਲ ਕੌਂਸਲ ਪੰਜਾਬ ਮੈਡੀਕਲ ਕੌਂਸਲ ਵੱਲੋਂ ਮਿਲਿਆ ਹੋਇਆ ਨਾ ਸਰਟੀਫਿਕੇਟ ਪੁੱਤ ਕਾਹਦਾ ਹੈ ਦੇਖਿਆ ਤੂੰ ਰੋਹਨ ਸਰ ਇਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਨਾ ਪੰਜਾਬ ਮੈਡੀਕਲ ਕੌਂਸਲ ਅੱਛਾ ਐਮਬੀਬੀਐਸ ਕਰਨ ਤੋਂ ਬਾਅਦ ਓਕੇ ਉਹ ਰਜਿਸਟ੍ਰੇਸ਼ਨ ਹੈ ਇਹਨਾਂ ਦੀ ਵੀ ਰਜਿਸਟਰਡ ਡਾਕਟਰ ਨੇ ਠੀਕ ਹੈ ਸਰ ਆਹੀ ਮਾਈਸੋਰ ਐਂਡ ਮੈਡੀਕਲ ਕਾਲਜ ਇੰਟਰਨਸ਼ਿਪ ਦਾ ਨਾ ਦੇਖੋ ਜੀ ਇਹਨਾਂ ਡਾਕਟਰ ਸਾਹਿਬ ਨੇ ਸਾਨੂੰ ਤਾਂ ਇਹਨਾਂ ਦਾ ਬਾਰੇ ਰੋਹਨ ਆ ਕੀ ਆ ਮਾਈਸੋਰ ਮੈਡੀਕਲ ਮੈਡੀਕਲ ਸਰਟੀਫਿਕੇਟ ਐਮਬੀਬੀਐਸ ਦਾ ਹੀ ਆ ਪਾਸ ਹਨਾ ਦਿਨੇਸ਼ ਇਹ ਕਹਿੰਦਾ ਵਾ ਸੀਨੀਅਰ ਸੈਕੰਡਰੀ ਸਕੂਲ ਦਾ ਹਨਾ ਇਹ ਕਿੱਥੇ ਪੜ੍ਹਿਆ ਸੀਨੀਅਰ ਸੈਕੰਡਰੀ ਕਿੱਥੇ ਕੀਤੀ ਇਹਨਾਂ ਨੇ ਸ਼ਹਿਰ ਚ ਹਾਊਸ ਜੋਬ ਸਰਟੀਫਿਕੇਟ ਹੈ ਨਾ ਫਰੀਦਕੋਟ ਫਰੀਦਕੋਟ GGS ਮੈਡੀਕਲ ਕਾਲਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਵੀ ਇਹਨਾਂ ਨੇ ਜੋਬ ਕੀਤੀ ਹੋਈ ਆ ਨਾ ਉੱਥੋਂ ਦਾ ਐਕਸਪੀਰੀਅੰਸ ਸਰਟੀਫਿਕੇਟ ਇਹਨਾਂ ਕੋਲ ਆ ਆ ਵੀ ਉੱਥੋਂ ਦਾ ਹੀ ਆ ਫਰੀਦਕੋਟ ਮੈਡੀਕਲ ਕਾਲਜ ਦਾ ਤੇ ਆਹ ਇੰਡੀਅਨ ਇੰਸਟੀਚਿਊਟ ਆਫ ਐਮਰਜੈਂਸੀ ਮੈਡੀਕਲ ਸਰਵਿਸ ਇਹ ਵੀ ਇਹਨਾਂ ਨੂੰ ਦੇਖੋ ਮਿਲੇ ਹੋਏ ਸਰਟੀਫਿਕੇਟ ਹੈ ਨਾ ਏਮਸ ਤੋਂ ਮਿਲਿਆ ਹੈ ਨਾ ਜੀ ਕਾਰਡੀਓਲੋਜੀ ਦੇ ਵਿੱਚ ਇਹਨਾਂ ਨੇ ਡਿਪਾਰਟਮੈਂਟ ਦੇ ਵਿੱਚ ਜੋਬ ਕੀਤੀ ਹੈ ਜੀ ਹਾਰਟ ਵਾਲੇ ਡਿਪਾਰਟਮੈਂਟ ਚ ਨਾ ਦਿਲ ਵਾਲੇ ਡਿਪਾਰਟਮੈਂਟ ਫਿਰ ਉਸ ਵਾਲ ਦੇ ਵਿੱਚ ਇਹਨਾਂ ਨੇ ਜੋਬ ਕੀਤੀ ਹੈ ਜੀ ਉਸ ਵਾਲ ਚ 2000 ਤੋਂ ਲੈ ਕੇ 2004 ਤੱਕ 4 ਸਾਲ ਉੱਥੇ ਕੀਤੀ ਲੁਧਿਆਣੇ ਸਾਡੇ ਹਾਂ ਮੋਹਨਦੇਈ ਉਸ ਵਾਲ ਕੈਂਸਰ ਹਸਪੀਟਲ ਦੇ ਵਿੱਚ ਜੀ ਉੱਥੇ ਵੀ ਦੇਖੋ ਇਹਨਾਂ ਨੇ ਹਨਾ 4 ਸਾਲ ਦਾ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਇਹਨਾਂ ਕੋਲੇ ਆਹ BBM ਦੇ ਸਰਟੀਫਿਕੇਟ ਆ ਜਿਹੜਾ ਇਹਨਾਂ ਨੇ ਇੱਥੇ ਆ ਕੇ ਜਿਹੜਾ 12 ਤੋਂ 2.5 ਸਾਲ 2.5 ਸਾਲ 2.5 ਸਾਲ ਇੱਥੇ ਜੋਬ ਕੀਤੀ 9 ਤੋਂ 12 ਦੇਖੋ ਇੰਨੇ ਕੁਛ ਹੋਣ ਦੇ ਬਾਵਜੂਦ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਅੱਜ ਡਾਕਟਰ ਦਿਨੇਸ਼ ਤਲਵਾਰ ਏਦਾਂ ਦੇ ਹਾਲਾਤ ਦੇ ਵਿੱਚ ਰਹਿਣ ਲਈ ਮਜਬੂਰ ਨੇ ਜਿਹਨੂੰ ਆਪਾਂ ਨਰਕ ਕਹਿੰਦੇ ਹਾਂ BBMB ਨੰਗਲ ਟਾਊਨਸ਼ਿਪ ਇਹ ਇੱਥੋਂ ਦਾ ਘਰ ਦੀ ਰੈਜੀਡੈਂਸੀ ਦਾ ਸ਼ਾਇਦ ਇਹਨਾਂ ਦਾ ਹੈਗਾ ਨਾ ਸਾਡੇ ਐਪਰੀਸ਼ੀਏਸ਼ਨ ਕੀਤਾ ਵੀ ਸਾਡੇ ਡਿਪਾਰਟਮੈਂਟ ਅੱਛਾ 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 ਐਪਰੀਸ਼ੀਏਸ਼ਨ ਕੀਤਾ BBMB ਨੇ ਅੱਛਾ BBMB ਨੇ ਐਪਰੀਸ਼ੀਏਟ ਕੀਤਾ ਇਹਨਾਂ ਨੂੰ ਕੁਆਲਿਟੀ ਮੈਨੇਜਮੈਂਟ ਸਿਸਟਮ ਓਕੇ 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 ਨਹੀਂ ਆਈਲੈਟਸ ਵੀ ਕੀਤਾ ਹੋਇਆ ਤੇ ਖੁਸ਼ ਹੈ ਇਹਨਾਂ ਨੇ ਨਹੀਂ ਬਸ ਕਰਦੇ ਹੋਣਗੇ ਆਪ ਕੁਝ ਐਗਜ਼ਾਮ 14700 ਆਈਲੈਟਸ ਵੀ ਦੇਖੋ ਇਹ ਸਾਰਾ ਕੁਛ ਅੱਜ ਸਾਡਾ ਦਿਖਾਉਣ ਦਾ ਮਕਸਦ ਇਹ ਹੈ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਜ਼ਰੂਰ ਏਦਾਂ ਦੇ ਜਿਹੜੇ ਸਾਡੇ ਆਲਾ ਦਰਜੇ ਦੇ ਆਫਿਸਰ ਰਹੇ ਆ ਜਿਹੜੇ ਸਰਕਾਰੀ ਰਹਿਸ਼ਾਂ ਦੇ ਵਿੱਚ ਵੀ ਰਹਿ ਰਹੇ ਨੇ ਤੇ ਉਹ ਵੀ ਨਰਕ ਕੱਟ ਰਹੇ ਨੇ ਹਨਾ ਘੱਟੋ ਘੱਟ ਲਾਈਟ ਦਾ ਤਾਂ ਇੰਤਜ਼ਾਮ ਕਰ ਹੀ ਸਕਦੇ ਸੀ ਨਾ ਲਾਈਟ ਤਾਂ ਦੇ ਹੀ ਸਕਦੇ ਸੀ ਇਹਨਾਂ ਨੂੰ ਲਾਈਟ ਕਿੱਡੀ ਕਰੋੜਾਂ ਰੁਪਏ ਦੀ ਲਾਈਟ ਸੀਗੀ ਹਨਾ ਜਦੋਂ ਪਤਾ ਵੀ ਬੰਦਾ ਇੱਥੇ ਰਹਿ ਰਿਹਾ ਗਰਮੀਆਂ ਸਰਦੀਆਂ ਹਾਂ ਉਹ ਨਹੀਂ ਚਲੋ ਡਿਪਾਰਟਮੈਂਟ ਦੀ ਵੀ ਮਜਬੂਰੀ ਹੋਊਗੀ ਅਸੀਂ ਤੁਹਾਨੂੰ ਦੇਖੋ ਤੁਸੀਂ ਹਾਂ ਕੱਢਿਆ ਦੇਖੋ ਕਿੰਨੇ ਸੋਹਣੇ ਹੁੰਦੇ ਸੀ ਡਾਕਟਰ ਸਾਹਿਬ ਕਿਸੇ ਟਾਈਮ ਹਨਾ ਆਹ ਦੇਖੋ ਪੁਰਾਣੀ ਡਾਕਟਰ ਸਾਹਿਬ ਦੀ ਫੋਟੋ ਆ ਕਿਸੇ ਟਾਈਮ ਇਸ ਤਰ੍ਹਾਂ ਤੇ ਅੱਜ ਵਾਹਿਗੁਰੂ ਹਾਂ ਚੱਲਦੇ ਆ ਜੀ ਬਸ ਚੱਲਦੇ ਆਪਾਂ ਹਾਂ ਇਹ ਹੋ ਗਿਆ ਬਸ ਫਾਈਨਲ ਹੋ ਗਿਆ ਭੁੱਖ ਲੱਗੀ ਜੀ ਇਹਨੇ ਉਸ ਲੇਡੀ ਕੋਲੋਂ ਨਾ ਰੋਟੀ ਦੀ ਥਾਲੀ ਦੀ ਫੜ ਲਈ ਉਹਨਾਂ ਨੇ ਕਿਹਾ ਵੀ ਉੱਦਾਂ ਫੜ ਲਿਆ ਇਹਦੀ ਵਿਚਾਰੀ FIR ਕਰਾਤੀ ਥਾਣੇ ਚ ਰਿਹਾ ਕੋਰਟ ਚ ਪੇਸ਼ ਕਰਦੇ ਹੁਣ ਤਾਂ ਸਟੇਟਸ ਪਤਾ ਨੀ ਕੀ ਹੈ ਕੀ ਨਹੀਂ
ਏਦਾਂ ਦੀਆਂ ਵੀ ਵਿਚਾਰੇ ਤੇ ਇੰਸਟਿਟਿਊਟ ਹੁੰਦੀਆਂ ਰਹੀਆਂ ਹਾਂਜੀ ਹਾਂਜੀ ਜਾਕੇ ਵੇ ਰਹਿਤ ਸੀਗਾ ਭੁੱਖ ਦਾ ਮਾਰਿਆ ਹੋਇਆ ਮੋਟੀਆਂ ਕਿੰਨੇ ਲੋਕਾਂ ਦੇ ਇਲਾਜ ਕਰਕੇ ਅੱਜ ਡਾਕਟਰ ਸਾਹਿਬ ਚਾਰ ਸਾਲ ਇਹਨਾਂ ਨੇ ਫੋਰਟੀਜ਼ ਹੋਸਪਿਟਲ ਚਲਾਏ ਚੰਡੀਗੜ੍ਹ, ਚਾਰ ਸਾਲ ਇਹਨਾਂ ਨੇ ਲੁਧਿਆਣੇ ਕੈਂਸਰ ਹੋਸਪਿਟਲ ਚਲਾਏ, ਫਿਰ ਢਾਈ ਸਾਲ ਇਹਨਾਂ ਨੇ ਇੱਥੇ ਬੀਬੀਐਮ ਬੋਰਡ ਦੇ ਵਿੱਚ ਲਾਏ ਤੇ ਅੱਜ ਇਹ ਇਸ ਹਾਲਾਤ ਦੇ ਵਿੱਚ ਨੇ। ਬੜੀ ਦੁੱਖ ਦੀ ਗੱਲ ਆ ਵੀ ਸਾਡਾ ਏਡੇ ਇਸ ਲੈਵਲ ਤੇ ਜਾ ਕੇ ਇੱਕ ਇਨਸਾਨ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਤੇ ਅਸੀਂ ਜਿਹੜੇ ਜਿਹੜੇ ਵੀਰ ਭਰਾ ਸਾਡੇ ਆ ਦੇਖੋ ਆ ਸਾਰੀਆਂ ਇਹਨਾਂ ਦੀਆਂ ਬੁੱਕਸ ਨੇ ਹਨਾ, ਆ ਦੇਖੋ ਆਸਕ ਐਨੀਥਿੰਗ ਮੀ, ਆ ਸਾਰੀਆਂ ਇਹਨਾਂ ਦੀਆਂ ਚਲੋ ਧੰਨਵਾਦ ਸਾਡੇ ਡੈਨੀਅਲ ਸਾਹਿਬ ਦਾ ਜਿਹਨਾਂ ਨੇ ਸਾਨੂੰ ਜਾਣੂ ਕਰਵਾਇਆ। ਅੱਜ ਅਸੀਂ ਇਸ ਨਰਕ ਵਰਗੇ ਹਾਲਾਤਾਂ ਦੇ ਵਿੱਚ ਰਹਿੰਦੇ ਸਾਡੇ ਡਾਕਟਰ ਦਿਨੇਸ਼ ਤਲਵਾਰ ਜੀ ਨੂੰ ਇੱਥੋਂ ਲੈ ਕੇ ਜਾਣ ਦਾ ਸਾਨੂੰ ਇਹਨਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ। ਦੇਖੋ ਇਹਨਾਂ ਦੀ ਅਲਮੀਰਾਸ ਨੇ ਅੰਦਰ ਕਿਸੇ ਟਾਈਮ ਇਹਨਾਂ ਅਲਮੀਰਾਸ ਦੇ ਵਿੱਚ ਕਿੰਨਾ ਚੰਗੇ ਤਰੀਕੇ ਨਾਲ ਹਨਾ ਸਮਾਨ ਰੱਖਿਆ ਜਾਂਦਾ ਹੋਊ। ਦੇਖੋ ਇਹਨਾਂ ਸ਼ਰਟਾਂ ਹਜੇ ਵੀ ਇੱਥੇ ਇੱਦਾਂ ਪਈਆਂ ਜਿਹੜੀਆਂ ਪ੍ਰੈਸ ਕੀਤੀਆਂ ਹੋਈਆਂ ਪਰ ਉਹ ਇੰਨੀਆਂ ਗੰਦੀਆਂ ਹੋ ਗਈਆਂ। ਦੇਖੋ ਬੋਕਸ ਵਗੈਰਾ ਪਏ ਨੇ ਹਨਾ, ਕਿਤੇ ਇਹਨਾਂ ਦੇ ਵਿੱਚ ਵੀ ਘਰ ਦੇ ਮਹਿੰਗੇ ਸਮਾਨ ਰੱਖਦੇ ਹੋਣਗੇ। ਅੱਜ ਇਹਦੇ ਵਿੱਚ ਕੁਛ ਵੀ ਨੀ ਰਿਹਾ, ਸਭ ਕੁਛ ਲੁੱਟਿਆ ਪੁੱਟਿਆ ਗਿਆ। ਰੈਕਟਸ ਨੇ ਆ ਰੈਕਟ ਖੇਡਣ ਜਾਂਦੇ ਹੋਣੇ ਕਲੱਬ ਦੇ ਵਿੱਚ, ਇਹ ਇਸ ਕਲੱਬ ਦੇ ਮੈਂਬਰ ਵੀ ਸੀਗੇ ਇੱਥੇ ਤੇ ਆ 4-5 ਹਜ਼ਾਰ ਦਾ ਰੈਕਟ ਹੀ ਹੈ ਜੀ। ਅਸੀਂ ਪਿੱਛੇ ਜੇ ਲੈ ਕੇ ਲਿਆ ਸੀ ਇੱਕ ਬੱਚੇ ਵਾਸਤੇ ਤੇ ਪ੍ਰੋਫੈਸ਼ਨਲ ਇਹ ਰੈਕਟ ਆ ਤੇ ਆਹ ਦੇਖੋ ਇਹਨਾਂ ਦੇ ਕੱਪੜਿਆਂ ਦਾ ਹਾਲ। ਉਹ ਵਾਹਿਗੁਰੂ 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 ਵਾਹ ਰੱਬਾ। ਕਿੰਨੀਆਂ ਵਧੀਆ ਵਧੀਆ ਸਿਨਰੀਆਂ ਵਗੈਰਾ ਆ, ਚੇਅਰਸ ਵਗੈਰਾ ਆ ਘੁੰਮਣ ਵਾਲੀਆਂ, ਇੱਥੇ ਬਾਹਰ ਵੀ ਡਿੱਗੀਆਂ ਪਈਆਂ। ਯਾਨੀ ਕਿ ਸਾਰਾ ਕੁਛ ਨਸ਼ਟ ਹੋਇਆ ਪਿਆ, ਸਾਰਾ ਕੁਛ ਨਸ਼ਟ ਹੋਇਆ ਪਿਆ। ਦੇਖੋ ਤੋਪ ਵਗੈਰਾ ਇਹੋ ਜਿਹੀਆਂ ਚੀਜ਼ਾਂ ਨਾ ਬੰਦਾ ਆਪਣੇ ਡਾਇਨਿੰਗ ਟੇਬਲ ਤੇ ਰੱਖਦਾ ਹਨਾ, ਇਹਦੇ ਵਿੱਚ ਹੁੰਦੇ ਆ ਰੱਖਿਆ ਹੋਇਆ ਸਮਾਨ ਜਿਹੜਾ ਡਾਇਨਿੰਗ ਟੇਬਲ ਤੇ ਜਿਹਦੀ ਜ਼ਿਆਦਾ ਜ਼ਰੂਰਤ ਪੈਂਦੀ ਆ। ਆਹ ਰੂਮ ਦੇਖੋ ਕਿੱਡਾ, ਜਿਵੇਂ ਅਸੀਂ ਪਹਿਲਾਂ ਵੀ ਦਿਖਾ ਕੇ ਹਟਿਆ, ਦੇਖੋ ਕਿੰਨੀਆਂ ਸੀੜੀਆਂ ਪਈਆਂ ਥੱਲੇ, ਕਿੰਨੀਆਂ ਜਿਹੜੀਆਂ ਮੂਵੀਆਂ ਦੇ ਹਨਾ ਸ਼ੌਕੀਨ ਸੀਗੇ ਡਾਕਟਰ ਸਾਹਿਬ। ਦੇਖੋ ਸਾਰੀਆਂ ਗਜ਼ਲਾਂ ਵਗੈਰਾ ਹਨਾ, ਆਹ ਦੇਖੋ ਗੁਰਬਾਣੀ ਸਤਿਗੁਰ ਅਖਵਾਲਾ ਸਾਰੀਆਂ ਮੂਵੀਆਂ। ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ, ਭਗਵੰਤ ਮਾਨ ਹਾਜ਼ਰ ਹੈ ਹਨਾ ਤੇ ਭਗਵੰਤ ਮਾਨ ਸਾਹਿਬ ਸਾਡੀ ਬੇਨਤੀ ਹੈ ਜੀ ਤੁਹਾਨੂੰ ਮੁੱਖ ਮੰਤਰੀ ਸਾਹਿਬ, ਇਸ ਕੇਸ ਦੇ ਵਿੱਚ ਜ਼ਰੂਰ ਤੁਸੀਂ ਕੁਛ ਨਾ ਕੁਛ ਹਨਾ ਐਕਸ਼ਨ ਜ਼ਰੂਰ ਲਿਓ ਤਾਂ ਜੋ ਦੂਸਰੇ ਲੋਕਾਂ ਨੂੰ ਹਨਾ ਇਹਦਾ ਉਹ ਮਿਲ ਸਕੇ। ਕਲਾਕਾਰ ਭਾਈਚਾਰੇ ਚੋਂ ਹੈ ਤੁਸੀਂ, ਤੁਸੀਂ ਇਹ ਦੇਖੋ ਤੁਹਾਡੇ ਜਿਹੜੇ ਫੈਨ ਨੇ ਹਨਾ, ਆਹ ਦੇਖੋ ਆਹ ਵੀ ਦੇਖੋ ਭਗਵੰਤ ਮਾਨ ਸਾਹਿਬ ਤੁਹਾਡੇ ਹਨਾ ਪੰਜਾਬੀ ਬਲਫ ਮਾਸਟਰ ਤੁਹਾਡੀਆਂ, ਯਾਨੀ ਕਿ ਇਹਨਾਂ ਕੋਲ ਕਿੰਨੀਆਂ ਹੀ ਯਾਨੀ ਕਿ ਉਹ ਪਈਆਂ ਹੋਣਗੀਆਂ। ਦੇਖੋ ਸਾਰੀਆਂ ਇਹ ਮੂਵੀਆਂ ਇੰਗਲਿਸ਼ ਮੂਵੀਆਂ ਟੌਪ ਗਨ ਸੀਰੀਜ਼ ਦੇਖ ਰਹੇ ਆ ਦੇਖੋ ਸਾਰੀਆਂ। ਦੇਖੋ ਜੇਮਸ ਬੌਂਡ ਦੇ 007 ਸਾਡਾ ਇਹਨਾਂ ਚੀਜ਼ਾਂ ਨੂੰ ਦਿਖਾਉਣ ਦਾ ਮਕਸਦ ਇਹ ਆ ਵੀ ਕਿੰਨਾ ਸੁਹਿਰਦ ਸੀ ਬੰਦਾ ਹਨਾ। ਦੇਖੋ ਮਾਈਕਲ ਜੈਕਸਨ ਦੇ ਹਨਾ ਸੌਂਗ ਸੁਣਦੇ ਸੀਗੇ ਡਾਕਟਰ ਸਾਹਿਬ ਤੇ
पर अज की कंडीशन दे विच चले गए ने है ना। देखो सारिया 007 पुराने तो पुराने जेडे ओ हैगे सीगे, देखो क्रिमिनल माइंड ते मकसद साडा इह आ वी इन्हां चीजां दे विच बंदा निकलण वाला बंदा इन्ना सुहिरद बंदा अज इदां दे हालात दे विच पहुंच गया। क्यों क्यों अज पंजाब दे विच सानू इस तरह दीआं तस्वीरां देखण नूं मिलदीआं, जिहड़ा कि पंजाब दे विच डिप्रैशन दे नां ते कोई है ही नहीं सी। सारे इन्ने खुश रहिंदे सीगे, इन्ना ज्यादा खुशियां भरिया माहौल सी साडे पंजाब दा। अज साडे पंजाब दे विच जिहड़े डॉक्टर सानू डिप्रैशन चों कढ़दे सीगे, अज ओह खुद डिप्रैशन दे विच चले गए ने, है ना। ਇਹ ਸਾਡੇ ਵਾਸਤੇ ਵਿਚਾਰਨ ਦੀ ਸੋਚਣ ਦੀ ਜ਼ਰੂਰਤ ਆ, ਸਾਨੂੰ ਇਹਦੇ ਬਾਰੇ ਸਾਨੂੰ ਅਨੈਲਿਸਿਸ ਕਰਨ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜੋ ਅਸੀਂ ਹੋਰ ਲੋਕਾਂ ਨੂੰ ਹੋਰ ਬਚਾਇਆ ਜਾ ਸਕੇ। ਅਤੇ ਅੱਜ ਅਸੀਂ ਹੁਣ ਡਾਕਟਰ ਸਾਹਿਬ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਵਿਖੇ ਲੈ ਕੇ ਜਾ ਰਹੇ ਹਾਂ ਜੀ। ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ, ਉਹ ਵਾਰ ਵਾਰ ਰੋਟੀ ਖਾਣ ਦੀ ਗੱਲ ਕਰਦੇ ਆ, ਮੇਰੇ ਪੇਟ ਦਰਦ ਹੁੰਦਾ। ਅਤੇ ਆਹ ਹਾਲਾਤ ਦੇ ਵਿੱਚ ਕਿਉਂਕਿ ਕੂਲਰ ਕਾਲਰ ਦਾ ਚਲਾਉਣਾ ਇੱਕ ਪਾਸੇ ਰਹਿ ਗਿਆ, ਕੋਈ ਲਾਈਟ ਹੀ ਨਹੀਂ ਹੈਗੀ, ਕੱਪੜੇ ਧੋਣ ਵਾਲਾ ਕੱਪੜੇ ਸੁਕਾਉਣ ਵਾਲਾ ਪਿਆ ਵਾ ਸਿੱਟਿਆ, ਕੱਪੜੇ ਸੁਕਾਉਣੇ ਤਾਂ ਇੱਕ ਪਾਸੇ, ਕੱਪੜੇ ਧੋਣ ਲਈ ਪਾਣੀ ਵੀ ਹੈ ਨਹੀਂ ਇਸ ਘਰ ਦੇ ਵਿੱਚ। ਤਾਂ ਇਸ ਕਰਕੇ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਹੜੀ ਕਿਰਪਾ ਕੀਤੀ ਹੈ ਸਾਡੇ ਵਰਗੇ ਕਲਯੁਗੀਆਂ ਨੂੰ, ਇਹ ਸੇਵਾ ਲਾਈ ਆ ਅਸੀਂ ਇਹਨਾਂ ਹੱਥਾਂ ਨਾਲ ਡਾਕਟਰ ਦਿਨੇਸ਼ ਤਲਵਾਰ ਜੀ ਦੀ ਸੇਵਾ ਸੰਭਾਲ ਕਰ ਸਕੀ, ਉਹ ਇੱਕ ਚੰਗਾ ਜੀਵਨ ਬਤੀਤ ਕਰ ਸਕਣ, ਉਹ ਠੀਕ ਹੋ ਕੇ ਉੱਥੇ ਡਾਕਟਰ ਦੀ ਪ੍ਰੈਕਟਿਸ ਕਰ ਸਕਦੇ ਨੇ, ਸਾਡੇ ਨਾਲ ਸੇਵਾ ਕਰ ਸਕਦੇ ਨੇ। ਉਹ ਜਿੱਦਾਂ ਬਾਪੂ ਨਿਸ਼ਾਨ ਸਿੰਘ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ, ਕਿਸੇ ਟਾਈਮ ਉਹਨਾਂ ਦੇ ਕੀੜੇ ਪਏ ਹੋਏ ਸੀ, ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਇਹ ਤਾਂ ਬਿਲਕੁਲ ਨੋਰਮਲ ਨੇ, ਕੋਈ ਖਾਸ ਗੱਲ ਨਹੀਂ ਇਹਨਾਂ ਨੂੰ ਹੋਈ ਹੋਈ ਐਡੀ, ਡਿਪਰੈਸ਼ਨ 'ਚ ਨੇ, ਠੀਕ ਹੋ ਜਾਣਗੇ, ਨਿਕਲ ਜਾਣਗੇ ਡਿਪਰੈਸ਼ਨ 'ਚੋਂ ਬਾਹਰ। ਤੁਸੀਂ ਆਪਣੇ ਬ੍ਰਦਰ ਦਾ ਨੰਬਰ ਦਿਓ ਮਾੜਾ, ਬ੍ਰਦਰ ਦਾ ਨਹੀਂ, ਬਾਤ ਰਿੰਗ ਜਾਏਗੀ ਤਾਂ ਬਾਤ ਹੋਊਗੀ, ਲਾ ਲੈ ਸਪੀਕਰ ਮਾੜਾ, ਸਵਿਚ ਆਫ ਆ ਰਿਹਾ, ਸਵਿਚ ਆਫ ਆ ਰਿਹਾ। ਡਾਕਟਰ ਤਲਵਾਰ ਕੀ ਕੋਲ ਮੇਰੇ ਹੈਲਥ ਮੈਸਰ, ਇੱਕ ਮਿੰਟ ਸਰ, ਆ ਡਾਕਟਰ ਤੁਹਾਡੇ ਬ੍ਰਦਰ ਦਾ ਨੰਬਰ ਕਿੰਨਾ ਉਹ ਦਿਓ ਸਰ, ਉਹ ਨਹੀਂ ਹੈ ਨੰਬਰ, ਤੁਹਾਡੀ ਵਾਈਫ ਦਾ ਨੰਬਰ ਦੇ ਦਿਓ, ਸ਼ੀਤਲ ਮੈਡਮ ਦਾ, ਮੇਰੇ ਇਤਨੇ ਅਬਡੋਮਨਲ ਪੇਨ ਹੈ, ਇਸੇ ਦੀ ਬਾਤ ਕੀ ਆ ਰਹੀ ਹੈ, ਆਪ ਪੂਰਾ ਖੋਲੋ ਦੋਨੋਂ ਹੱਥ ਜੇ ਪਕੜਾ ਦਿਓ ਮੇਰੇ ਕੋ, ਜੇ ਛੋੜ ਦਿਓ ਆਪ, ਜੇ ਪਕੜੋ ਸਰ, ਇੱਕ ਮਿੰਟ ਜੀ, ਪਲੀਜ਼ ਪਲੀਜ਼ ਡੋਨਟ ਡੂ ਲਾਈਕ ਥਿਸ, ਮੈਂ ਕੁਝ ਫੋਨ ਨੰਬਰ ਬਤਾ ਦਵਾਂ, ਮਾਂ ਦਾ ਨੰਬਰ, ਇਹ ਨੰਬਰ ਦੇਖੋ ਸਰ, ਮਦਰ ਦੇ ਨੰਬਰ ਮੇਰੇ, ਕਿੱਥੇ ਜਾਣਾ ਆਪਾਂ ਹੈਗਾ ਜੀ, ਚਲੀਏ ਫਿਰ ਸਾਹਿਬ, ਆਪਾਂ ਚਿਕਨ ਚੁਕਨ ਮਿਲਦਾ, ਚਿਕਨ ਤਾਂ ਖਾਣਾ ਕਾਹਨੂੰ ਆ, ਵੈਜ ਖਵਾ ਲਾਂਗੇ, ਖਵਾ ਲਾਂਗੇ ਇਹਨਾਂ ਨੂੰ, ਬੜਾ ਲਾਂਗੇ, ਵੈਜ ਹੀ ਖਾ ਲਈਏ, ਵੈਜ ਹੀ ਚਿਕਨ ਵਾਲਾ ਤਾਂ ਰੈਸਟੋਰੈਂਟ ਦੇ ਜਵਾਬ ਦੇ ਤਾ, ਵੈਜ ਹੀ ਖਾਵਾਂਗੇ, ਪਰੌਂਠਾ ਖਾਂਦੇ ਆ, ਪੂੜੀਆਂ ਖਾਂਦੇ ਆ, ਭਟੂਰੇ ਖਾਂਦੇ ਆ, ਬਾਈਪੂ ਡਾਕਟਰ ਸਾਹਿਬ ਕਿਉਂ ਫਿਕਰ ਕਰਦੇ ਨੇ, ਚਲੋ ਚਲੀਏ, ਚਲੋ ਕਮ ਆਨ ਕਮ ਆਨ, ਮੌਕਾ ਦਿਓ ਸਾਡੇ ਕੋਲ, ਚਲੋ ਹਾਂਜੀ ਆਹ ਚੱਲਦੇ ਆ ਜੀ, ਉੱਥੇ ਚਲੋ ਨਾਲ ਸਾਡੇ, ਆਪਾਂ ਇਕੱਠੇ ਬ੍ਰੇਕਫਾਸਟ ਕਰਦੇ ਸਾਰੇ, ਨਹੀਂ ਸਰ ਗਾਡੀ ਬੈਠ ਜਾਓ ਆਪ, ਬਹੁਤ ਦੂਰ ਹੈ, ਧੰਨਵਾਦ ਤੁਹਾਡਾ, ਤੁਹਾਡੇ ਵਰਗੇ ਵੀਰਾਂ ਦਾ ਪਿਆਰ ਆ ਜੀ, ਅਸੀਂ ਕਾਹਨੂੰ ਰੱਬ ਆ, ਥੈਂਕ ਯੂ। ਦੇਖੋ ਡਾਕਟਰ ਸਾਹਿਬ, ਡਾਕਟਰ ਤਲਵਾੜ ਨੂੰ ਅਸੀਂ ਹੁਣ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ ਜੀ, ਤੇ ਉੱਥੇ ਰੋਕੇ ਜੀ, ਕਿਹੜੇ ਰੈਸਟੋਰੈਂਟ ਤੇ ਜਾਣਾ ਜੀ ਆਪਾਂ, ਚੌਧਰੀ ਦਲਿਤ ਚੌਧਰੀ,
ਲੱਲੂ ਚੌਧਰੀ ਦੇ ਮੇਨ ਮਾਰਕੀਟ ਕੋਲੇ ਆ ਕੇ ਦੱਸ ਯਾਰ ਕੋਲੇ ਪਰੌਂਠੇ ਖਾਣੇ ਮੇਨ ਮਾਰਕੀਟ ਦੇਖ ਲੈਣ ਨਾਲ ਹੋਵੇ ਸ਼ਰਮਾ ਹੋਵੇ ਸ਼ਰਮਾ ਜਿਹੜੀ ਸ਼ੋਪਾ ਮੈਂ ਹੈਗੇ ਉੱਥੇ ਚਲ ਕੋਲੇ ਚਲ ਹੈਗੇ ਉੱਥੇ ਆਪਾਂ ਅਰੇਂਜ ਕਰ ਲਾਂਗੇ ਉੱਥੇ ਰੋਣਪ੍ਰੀਤ ਉਧਰ ਦੀ ਬੈਠ ਤੂੰ ਬੈਠ ਹਰ ਪਿੱਛੇ ਤੂੰ ਬੈਠ ਹਰ ਪਿੱਛੇ ਤੂੰ ਬੈਠ ਪਿੱਛੇ ਨਾਲ ਮੂਰੇ ਆ ਜਾ ਰੋਣਪ੍ਰੀਤ ਇਹਨੇ ਤਾਂ ਸੈਂਟੀਮੈਂਟ ਕਰ ਲਈ ਸੀ ਦੱਸ ਹਾਂਜੀ ਹਾਂਜੀ ਉਹਨਾਂ ਦੇ ਕੋਲੇ ਹੀ ਆ ਉਹਨਾਂ ਦੇ ਕੋਲੇ ਮੈਂ ਆ ਗਿਆ ਜੀ ਆ ਗਿਆ करो सिग्नेचर इत ਇਥੇ ਆਪਣਾ ਸਾਈਨ ਮੇਰਾ ਰਹਿਣ ਦੋ ਨਹੀਂ ਆਪਾਂ ਕਿਤੇ ਸ਼ੋਅ ਨਹੀਂ ਕਰਨਾ ਹੈ ਨਹੀਂ ਹੋਣੀ ਮੇਰਾ ਡਿਪਾਰਟਮੈਂਟ ਓਕੇ ਠੀਕ ਹੈ ਚਲੋ ਉਹ ਪਿੱਛੇ ਨੂੰ ਮੁੜੀ ਜਾਂਦਾ ਬਾਈ ਗੱਡੀ ਇਧਰ ਨੂੰ ਜਾਣਾ ਕਮਾ ਗੱਡੀ ਵੀਰੇ ਸਤਨਾਮ ਕਮਾ ਗੱਡੀ ਪੁੱਤ ਚਾਬੀ ਕਿੱਥੇ ਦੇ ਦੇ ਫਿਰ ਅੰਨੇ ਕਰਾਓ ਸਰਪੰਚ ਦੇ ਦੋਗੇ ਹਾਂ ਕੋਈ ਨਾ ਸਰਪੰਚ ਸਾਹਿਬ ਆਪਣਾ ਸਿਗਨੇਚਰ ਕਰ ਦਿਓ ਜੀ ਇੱਥੇ ਇਹ ਤਾਂ ਚੰਗੇ ਕੰਮ ਲਈ ਸਾਈਨ ਹੈ ਇਹ ਤਾਂ ਕਮਾਲ ਹੈ ਤੁਸੀਂ ਇਹ ਤਾਂ साइन करके थले फोन नंबर पा दो भाई तो हम डॉक्टर साहब नूं लेके चले भुख बहुत लगी है बार बार एको गल ही रिपीट करी जाते थे उन्होंने असं हम खाना खवा के इतों अपने नाल सुपन के घर हसनपुर लेके जावे तो बस तुम भी अरदास करो डॉक्टर दिनेश तलवाड़ एम बी बी एस डॉक्टर जेडे अज एक नर्क वर्ग के हालातों के जिंदगी जीने लिए मजबूर से उन्होंने असं अपने नाल लैके चले हाँ पर साडा इदां दे केसां दे विच मकसद हुंदा लोकां नूं अवेयर करना एक सड़क दे उत्ते परदेसी बंदा यूपी बिहार दा बैठा उहदे कीड़े पै गए बेचारे दे उहदा अगे पिछे कोई नहीं उह कितना कितें आपां समझदे हां वी ठीक आ वी उह कल्ला सी बेचारा विछड़ गया अपने नालों जां सिद्धा सी घरों निकल गया उहनूं पता ही नहीं सी मैं कौण आ कित्थे आ पर एक एम बी बी एस कीती हुई डॉक्टर फोर्टिस होस्पिटल वर्गे होस्पिटलों के जॉब कर चुके डॉक्टर सरकारी एडा वड्डा अदारा बी बी एम बी बोर्ड भाखड़ा ब्यास मैनेजमेंट बोर्ड के जॉब करके अज उ एक क्लास वन अफसर वाली कोठी के रह के नरक कट रहा बंदा ये शर्मनाक आ साडा ये दिखाउणा इस इंसान नूं इत्थों लैके जाना रेस्क्यू करके इको एक मकसद सी भी असीं दिखा सकीए साडे समाज दा इह चेहरा भी इह भी हालात बने हुए हैगे ने आपां रोई जांदे आ भी असीं बहुत तंग आ सब तों उपर वाले भी बड़े तंग बैठे ने जिंदगियां किसे दियां भी सौखियां नहीं जदों उहदी मार पैंदी आ उदों कुछ भी समझ नहीं आउंदा किसे दे हत्थ पैर कुछ नहीं लगदा पर जिहड़े लोग कर सकते जिन्हां दा हक बनदा करना जिन्होंने वेलफेयर देनी है जिन्होंने सपोर्ट करनी है वह लोग अपनी ड्यूटियां निभाउण इस करके असीं अज्ज वीडियो शेयर कर रहे हैं साडी बेनती आ सारे भैन भरावां नूं साडे नाल जिहड़े जुड़े हुए भैन भरा वीडियो नूं वध तों वध शेयर करो ते तां जो होर लोकां नूं तकरे सुनेहा साडा पहुँच सके कमाला ते असीं इधर नूं जाणा असी जिहड़ी इह अज सेवा सच्चे पातशाह वाहिगुरू ने बख्शी आ उहनूं चंगे तरीके नाल निभा सकी वाहिगुरू जी का खालसा वाहिगुरू जी कर दे पुत बंद।